ਐਡੀ ਜਲਦੀ ਭੁੱਲ ਗਏ? ਪਿਛਲੀ ਵਾਰੀ ਤਾਂ ਕਹਿੰਦੇ ਸੀ ਤੇਰੀ ਮੂੰਗੀ ਮਸਰੀ ਨੇ ਚੱਕਤੀ ਸਾਰੀ ਬਿਮਾਰੀ। ਤੂੰ ਸਾਡੇ ਵਾਅਦੇ ਨੂੰ ਰੋਣੀ ਆ? ਇੱਥੇ ਤਾਂ ਸਾਰੀ ਦੁਨੀਆ ਦਾ ਤੱਕ ਟੁੱਟਿਆ ਪਿਆ, ਨਾਲੇ ਹੁਣ ਤਾਂ ਬੱਚੇ ਬੁੱਢੇ ਜਵਾਨ ਵੀ ਦਾਰੂ ਨੂੰ ਗਿੱਝ ਗਏ ਨੇ। ਤੂੰ ਕਿਹਨੂੰ ਕਿਹਨੂੰ ਸਮਝਾਏਗੀ? ਇੱਥੇ ਤਾਂ ਪੰਡਤਾਂ ਦੇ ਘਰੇ ਮੁਰਗੇ ਰਿੱਝ ਗਏ। ਕਿਹੜੇ ਪੰਡਤਾਂ ਦੇ ਘਰੇ ਮੁਰਗੇ ਰਿੱਝੇ ਆ? ਮੈਂ ਪੰਡਿਤ ਤੁਹਾਡੀ ਗੱਲ ਨਹੀਂ ਕਰ ਰਿਹਾ, ਮੈਂ ਤੁਹਾਡੇ ਦਾਦਾ ਜੀ ਦੀ ਗੱਲ ਕਰ ਰਿਹਾ। ਨਾ ਹੁਣ ਪਿਛਲੇ ਸਾਲ ਕੁੱਤਖਾਨਾ ਫੇਰ ਸ਼ੁਰੂ ਕਰ ਲਿਆ। ਸ਼ਰਮਾ ਜੀ ਗੁੱਸਾ ਨਹੀਂ ਕਰਨਾ, ਨਾਲੇ ਅੱਜ ਤਾਂ ਹੈ ਹੀ ਬੜਾ ਖੁਸ਼ੀ ਵਾਲਾ ਦਿਨ। ਪਤਾ ਸਾਡੇ ਘਰੇ ਨਾ ਕੁੱਤੀ ਸੂਈ ਹੈ। ਹਾਂ ਕਮਲੀ, ਪਹਿਲਾਂ ਕਿਉਂ ਨਹੀਂ ਦੱਸਿਆ? ਜਾਂ ਲਿਆ ਕੇ ਬਾਲੇ ਨੂੰ ਬੋਲੀ ਖਿਲਾ। ਚਾਚਾ ਜੀ ਹੁਣ ਮੈਂ ਤੈਨੂੰ ਕੀ ਕਹਾਂ, ਤੁਸੀਂ ਨਾ ਬੈਠੇ ਨੀਲੂ ਦੇ ਘਰੇ ਹੋ। ਜੇ ਮੈਂ ਨੀਲੂ ਦੇ ਘਰੇ ਬੈਠਾ ਤੇ ਤੂੰ ਬੜਾ ਮਹਾਰਾਣੀ ਐਲਜ਼ਾਬੇਥ ਦੇ ਘਰੇ ਬੈਠਾ। ਬਹਿ ਜਾ। ਨਾਲ ਜੀ ਆਪਣੇ ਘਰੇ ਵੀ ਬੈਠਾ ਹੁੰਦਾ ਫੇਰ ਤੂੰ ਬੜਾ ਟੱਕਰ ਮਾਰ ਕੇ ਖੋਲੀ ਢਾ ਦੇਣੀ ਸੀ। ਬਾਬਾ ਕਿਉਂ ਮੇਰੇ ਸਹੁਰੇ ਘਰੇ ਆ ਕੇ ਮੇਰਾ ਜਲੂਸ ਕੱਢਦੇ ਹੋ? ਉਹ ਤਾਂ ਅੱਡੇ ਗੱਲ ਗੱਲ ਤੇ ਮੈਨੂੰ ਕਹਿੰਦੇ ਨੇ ਕਿ ਤੁਹਾਡਾ ਸਾਰਾ ਪਿੰਡ ਕੰਜਰਾਂ ਦਾ। ਮੈਂ ਚਾਚਾ ਐਵੇਂ ਨਾ ਆਪਣੇ ਮੂੰਹ ਮੀਆਂ ਮਿੱਠੂ ਨੀ ਬਣੀਦਾ। ਕਾਕਾ ਅਸੀਂ ਤਾਂ ਪਿੰਡ ਚ ਬਾਅਦ ਚ ਹੀ ਆਏ ਆ, ਪਹਿਲਾਂ ਤਾਂ ਤੁਹਾਡੇ ਦਾਦਾ ਪੜਦਾਦਾ ਹੀ ਰਹਿੰਦੇ ਹੁੰਦੇ ਸੀ। ਦਾਦੇ ਦੀ ਗੱਲ ਸੁਣਾ ਰਿਹਾ ਸੀ, ਵਿਚੇ ਰਹਿ ਗਈ ਨਾ, ਹੁਣ ਪੂਰੀ ਕਰ ਲੋ ਜਿਹੜੀ ਰਹਿੰਦੀ ਆ। ਉਹ ਤਾਂ ਕਰਾਂਗਾ ਜੀ। ਮੈਂ ਨੀਲੂ ਦੱਸ ਰਿਹਾ ਸੀ ਕਿ ਬਾਲੇ ਦੇ ਦਾਦਾ ਜੀ ਪੰਡਤ ਲਾਹੌਰੀ ਰਾਮ ਇਲਾਕੇ ਦੇ ਕਹਿੰਦੇ ਕਹਾਉਂਦੇ ਪੰਡਤ ਸੀ। ਇਹ ਸ਼ਰਮਾ ਜੀ ਦੇ ਦਾਦਾ ਜੀ ਦਾ ਨਾਮ ਲਾਹੌਰੀ ਰਾਮ ਸੀ? ਬਸ ਨਾਂ ਦਾ ਹੀ ਲਾਹੌਰੀ ਸੀ, ਟੱਪਿਆ ਕਦੇ ਫਤੂ ਢੀਂਗਾ ਨਹੀਂ ਸੀ। ਕਹਿੰਦੇ ਇੱਕ ਵਾਰੀ ਉਹਨਾਂ ਦੇ ਘਰੇ ਗੁਆਂਢੀਆਂ ਦੀ ਤੁਰਦੀ ਫਿਰਦੀ ਕੁਕੜੀ ਆ ਗਈ। ਕੁਕੜੀ ਵੇਖ ਕੇ ਪੜਤਾਣੀ ਦੇ ਮੂੰਹ ਚ ਪਾਣੀ ਆ ਗਿਆ। ਪੰਡਤਾਣੀ? ਬਾਲੇ ਦੀ ਦਾਦੀ ਦੇ। ਉਹਨੇ ਸੋਚਿਆ ਕਿ ਪੰਡਤ ਜੀ ਅੱਜ ਕੋਈ ਸਬਜ਼ੀ ਵੀ ਲੈ ਕੇ ਨਹੀਂ ਦੇ ਕੇ ਗਏ, ਕਿਉਂ ਨਾ ਅੱਜ ਕੁਕੜੀਆਂ ਧਰੀਏ, ਪਰ ਅੰਦਰੋਂ ਘਬਰਾਵੇ ਕਿ ਕਿਸੇ ਨੂੰ ਪਤਾ ਨਾ ਲੱਗ ਜਾਵੇ। ਬਸ ਫਾਰਮੈਲਿਟੀ ਜੀ ਪੂਰੀ ਕਰਨ ਲਈ ਚੜ ਗਈ ਕੋਠੇ ਤੇ ਲੱਗੀ ਉੱਚੀ ਹੌਲੀ ਝੂਠਾ ਸੱਚਾ ਹੋਕਾ ਦੇਣ। ਕਿਵੇਂ? ਜੇ ਕਿਸੇ ਦੀ ਗਵਾਚੀ ਹੋਵੇ ਕੁਕੜੀ, ਜੇ ਕਿਸੇ ਦੀ ਗਵਾਚੀ ਹੋਵੇ ਕੁਕੜੀ, ਪਹਿਲੀ ਲਾਈਨ ਉੱਚੀ ਬੋਲਦਿਆ ਕਰੇ ਤੇ ਕੁਕੜੀ ਹੌਲੀ ਬੋਲਦਿਆ ਕਰੇ। ਪਰ ਜੇ ਕਿਸੇ ਨੂੰ ਸੁਣਦਾ ਤਾਂ ਹੀ ਆ ਕੇ ਦੱਸਦਾ ਵੀ ਸਾਡੀ ਕੁਕੜੀ ਗੁਆਚੀ ਆ। ਕੁਕੜੀ ਤਾਂ ਸੁਣ ਨਹੀਂ ਦਿੰਦੀ ਸੀ, ਬਸ 3 ਵਾਰੀ ਕਹਿ ਗਏ, ਚੌਥੀ ਵਾਰੀ ਥੱਲੇ ਆ ਕੇ ਧੌਣ ਮਰੋੜ ਲਈ। ਫੇਰ ਕੀ, ਘਰੇ ਵੜਦਿਆਂ ਸਾਰੀ ਮੀਟ ਦੀ ਵਾਸ਼ਨਾ ਨਾਲ ਬਾਲੇ ਦੇ ਦਾਦਾ ਜੀ ਦੀਆਂ ਨਾਸਾਂ ਚੂਹੇ ਵਾਂਗੂ ਫੁਰਕਣ, ਸਾਰੀ ਵਿਥਿਆ ਸੁਣ ਕੇ ਲਾਗੇ ਉੱਚੀ ਉੱਚੀ ਬੁੜਕਣ। ਕਿਵੇਂ? ਰਾਮ 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 ਛੀ 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 ਹੋਰ ਪਾ 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 ਸਿੱਟ ਕੇ ਇਹਨੂੰ ਬਾਹਰ 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 ਬਾਹਰ। ਬਈ ਵਾਹ, ਮੰਨ ਗਏ ਸ਼ਰਮਾ ਜੀ ਦੇ ਦਾਦਾ ਜੀ ਦੇ ਕਰੈਕਟਰ ਨੂੰ। ਫਿਰ ਦਾਦਾ ਕਿਹਦਾ ਸੀ? ਅਏ ਦਾਦੀ ਵੀ ਤਾਂ ਤੇਰੀ ਸੀ ਜਿਹਨੇ ਗੁਆਂਢੀਆਂ ਦੀ ਕੁਕੜੀ ਘੇਰੀ ਸੀ। ਘੇਰੀ ਗੁਰੀ ਕੋਈ ਨਹੀਂ ਸੀ, ਆਪਣੀ ਮਰਜ਼ੀ ਨਾਲ ਆਈ ਸੀ। ਇਹੀ ਗੱਲ ਤਾਂ ਤੇਰੀ ਦਾਦੀ ਤੇਰੇ ਦਾਦੇ ਨੂੰ ਸਮਝਾਉਂਦੀ ਸੀ ਕਿ ਮੈਨੂੰ ਕਹਿੰਦਾ ਬਾਹਰ ਛੁੱਟ ਕੇ ਆ, ਮੈਂ ਕਿਉਂ ਛੁੱਟ ਕੇ ਆਵਾਂ? ਨਿਕੜ ਚੁੱਕੜ ਸਾਰਾ ਮੈਂ ਪੱਲਿਓਂ ਪਾਇਆ, ਲਸਣ ਮੈਂ ਪਾਇਆ, ਅਦਰਕ ਮੈਂ ਪਾਇਆ, ਗੱਠੇ ਮੈਂ ਪਾਏ, ਟਮਾਟਰ ਮੈਂ ਪਾਏ, ਵੇਖ ਲਾਗੇ ਹੋ ਕੇ ਦੇਸੀ ਘਿਓ ਕੇ ਮੈਂ ਤਾਰੀਆਂ ਲਾਉਂਦਾ, ਤੂੰ ਖਾਣਾ ਖਾ ਨੀ ਖਸਮਾਂ ਨੂੰ ਖਾ। ਫਿਰ ਦਾਦਾ ਜੀ ਕੀ ਕਹਿੰਦੇ? ਕਹਿੰਦਾ ਚੰਗਾ ਫਿਰ ਤਰੀ ਤਰੀ ਪਾ ਦਿਓ। ਜਦੋਂ ਦਾਦੀ ਲੱਗੀ ਤਰੀ ਪਾਉਣ ਤਾਂ ਮੀਟ ਦੀ ਇੱਕ ਬੋਟੀ ਦਾਦਾ ਜੀ ਦੀ ਥਾਲੀ ਚ ਗਿਰਨ ਲੱਗੀ ਤਾਂ ਦਾਦੀ ਨੇ ਕੜਛੀ ਨਾਲ ਜਦੇ ਰੋਕ ਲਈ। ਫਿਰ ਦਾਦਾ ਜੀ ਪਤਾ ਕੀ ਕਹਿੰਦੇ? ਕੀ? ਓਹੋ, ਜਿਹੜੀ ਆਪਣੇ ਆਪ ਆਉਂਦੀ ਹੈ ਉਹਨੂੰ ਤਾਂ ਆਣ ਦਿਓ ਨਾ।